ਇਹ ਵੀ ਲੁੰਗਰ ਦੋ ਕੇਲਿਆਂ ਦੇ ਇੱਧਰ ਇੱਕ ਦੋ ਇੱਕ ਉਸ ਬੂਟੇ ਨੂੰ ਹੋਰ ਵੀ ਪਏ ਹੋਣਗੇ ਕਈ ਨਜ਼ਰ ਵੀ ਨਹੀਂ ਆਉਂਦੇ ਇੱਕ ਹੈ ਉੱਪਰ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਨਾਜ਼ਰੀਨ ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਜ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਆਪਣਾ ਮੁੰਡੀ ਖੇਲ ਮੈਂ ਆਪਣੇ ਡਿਊਟੀ ਤੋਂ ਆਇਆ ਅਤੇ ਮੈਂ ਸੋਚਿਆ ਮੈਂ ਯਾਰ ਅੱਜ ਬਾਰਿਸ਼ ਸੀ ਬਸ ਬਹੁਤ ਹੀ ਬੜਾ ਪਿਆਰਾ ਮੌਸਮ ਬਣਿਆ ਦਾ ਅਤੇ ਚੱਲਦੇ ਹਾਂ ਆਪਣੇ ਪੈਲੀਆਂ ਪੁਲੀਆਂ ਵੱਲ ਜ਼ਰਾ ਤੁਹਾਨੂੰ ਵਿਜ਼ਿਟ ਕਰਵਾਉਂਦੇ ਹਾਂ ਔਰ ਇਸ ਟਾਈਮ ਸਟਾਪ 'ਤੇ ਆਏ ਹਾਂ ਇਹ ਸਟਾਪ ਆ ਸਾਡਾ ਸ਼ੱਕੇਗੜ੍ਹ ਨਰਵਲ ਰੋਡ ਹੈ ਇੱਧਰ ਭਾਈ ਇੱਕ ਆਵਾਜ਼ਾਂ ਦੇ ਰਿਹਾ ਉੱਧਰ ਚੱਲਦੇ ਹਾਂ ਪੁੱਛਦੇ ਹਾਂ ਕੁਦਰਤੀ ਮੁਲਾਕਾਤ ਹੋ ਗਈ ਨਾ ਕਿ ਸਹੀ ਮੈਂ ਸੁਬਹ ਦਾ ਚੱਕ ਅਮਰੂ ਗਿਆ ਸੀ ਉੱਧਰ ਅਤੇ ਹੁਣੀ ਆ ਅਤੇ ਮੈਂ ਕਿਹਾ ਚੱਲ ਯਾਰ ਛੋਟੀ ਜਿਹੀ ਆਪਣੇ ਵੀਡੀਓ ਬਣਾ ਲਈ ਆਪਣੇ ਦੋਸਤ ਨੂੰ ਦਿਖਾਈਏ ਜ਼ਰਾ ਅਤੇ ਬੜਾ ਅੱਛਾ ਲੱਗਾ ਅਤੇ ਕੋਈ ਵਾਲਦ ਸਾਹਿਬ ਨੇ ਮੇਰੇ ਅਸਲਾਮ ਅਲੈਕੁਮ ਕੀ ਹਾਲ ਹੈ ਜੀ ਠੀਕ ਠਾਕ ਅੰਕਲ ਜੀ ਹੋਰ ਸੁਣਾਓ ਸਿਹਤ ਦੀ ਸਭ ਘਰ ਕਰੀਏ ਦਾ ਕਦੇ ਅੰਕਲ ਹੋਣਾ ਨੂੰ ਵੀ ਸਾਡਾ ਚੈਨਲ ਹੋਰ ਅੰਕਲ ਜੀ ਸਭ ਘਰ ਕਰੀਏ ਦਾ ਅੰਕਲ ਜੀ ਕੋਈ ਚਾਹ ਪਾਣੀ ਹੋ ਜੀ ਚਾਹ ਪਾਣੀ ਰੋਟੀ ਖਾ ਕੇ ਦੇ ਰਹੇ ਹੁਣ ਤੁਸੀਂ ਰੇਟ ਮੈਂ ਖੜਾ ਆਏ ਹੁਣ ਤੁਸੀਂ ਚੰਗਾ ਖਾਣਾ ਖਾਧਾ ਚਲੋ ਬਸ ਸ਼ੁਕਰ ਅੱਲਾ ਤਾਲਾ ਦਾ ਕਰਮ ਕਿਤੇ ਆਉਣਾ ਉਹਨਾਂ ਨੇ ਪਹਿਲੇ ਦੱਸ ਰਿਹਾ ਕਰ ਸਲਾਹ ਦੇ ਰਿਹਾ ਗਾ ਯਾਰ ਸਰਕਾਰ ਅੱਛਾ ਅੱਛਾ ਸੱਤ ਨੂੰ ਬਰਾਹ ਤਾਂ ਨਹੀਂ ਪੈਮੇ ਦੀ ਸੱਤ ਨੂੰ ਬਰਾਹ ਚਲੋ ਇਨਸ਼ਾਅੱਲਾ ਜ਼ਿੰਦਗੀ ਰਹੀ ਅਤੇ ਫਿਰ ਬਰਾਤ ਦਾ ਵਲਾਗ ਬਣੇਗਾ ਸੁਬਹਾ ਦੀ ਬਾਰਿਸ਼ ਹੋਈ ਸੀ ਔਰ ਮੈਂ ਫੇਸਬੁੱਕ 'ਤੇ ਪੋਸਟ ਵੀ ਲਾਈ ਕਾਫੀ ਦੋਸਤ ਕਹਿਣ ਲੱਗੇ ਯਾਰ ਸਾਡੇ ਵੱਲ ਤਾਂ ਧੁੱਪ ਨਿਕਲੀ ਦੀ ਆ ਲੇਕਿਨ ਮੈਂ ਭਾਈ ਜੀ ਆਪਣੇ ਸ਼ੱਕਰਗੜ੍ਹ ਦੇ ਇਲਾਕੇ 'ਚ ਬਾਰਿਸ਼ ਹੋ ਵੀ ਰਹੀ ਆ ਉਸ ਜਗ੍ਹਾ 'ਤੇ ਨਹੀਂ ਵੀ ਹੋ ਰਹੀ ਔਰ ਸਾਡੇ ਵੀ ਜਿਹੜਾ ਪਿੰਡ ਨਾ ਸੁਬਹ ਬੜੀ ਬਾਰਿਸ਼ ਹੋਈ ਸੀ ਇਸ ਸਾਈਡ 'ਤੇ ਬਰਸਨ ਦੀ ਫਸਲ ਆ ਨਾਲ ਕਣਕ ਦਾ ਆਪਣੇ ਇੱਕ ਖੱਤਾ ਕਣਕ ਦਾ ਔਰ ਸਾਹਮਣੇ ਅਸੀਂ ਜਾ ਰਹੇ ਹਾਂ ਜੀ ਸਾਡੇ ਪਿੰਡ ਦਾ ਕਬਰਸਤਾਨ ਆ ਜਿਹੜੇ ਸਾਡੇ ਨਾਲ ਸਾਡੇ ਵੀਵਰ ਹਮੇਸ਼ਾ ਤੋਂ ਸਾਨੂੰ ਦੇਖਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਾਫੀ ਦਫ਼ਾ ਦੱਸ ਚੁੱਕਿਆ ਮੈਂ ਇਹ ਬੋਹੜ ਦਾ ਦਰਖਤ ਹੈ ਕੋਈ 200-300 ਸਾਲ ਪੁਰਾਣਾ ਸਾਡੇ ਦਾਦੇ ਪੜਦਾਦਿਆਂ ਨੂੰ ਵੀ ਨਹੀਂ ਪਤਾ ਕਿ ਇਹ ਬੋਹੜ ਕਦੋਂ ਦਾ ਔਰ ਜ਼ੇਬ ਭਾਈ ਮੇਰੇ ਵੱਲ ਦੇਖ ਕੇ ਲੱਗਦਾ ਵਾਪਸ ਆ ਗਏ ਨੇ ਜ਼ੇ ਅੱਛਾ ਜ਼ੇਬ ਭਾਈ ਹੋਵੋ ਤੁਸੀਂ ਇਹ ਦੇਖੋ ਜੀ ਸੁਬਹ ਦੀ ਬਾਰਿਸ਼ ਹੋਈ ਸੀ ਔਰ ਇਹ ਆਪਣੀ ਨੌਜਵਾਨ ਨਸਲ ਹੈ ਮੈਂ ਜ਼ਰਾ ਦੱਸੀ ਆਪਣੇ ਦੋਸਤਾਂ ਨੂੰ ਕਿ ਅੱਲਾ ਤਾਲਾ ਆ ਕਿਸੇ ਬੰਦੇ ਨੂੰ ਹਦਾਇਤ ਦੇਹੜੇ ਕਿਸੇ ਐਸੇ ਬੰਦੇ ਨੂੰ ਕਿ ਜਿਹੜਾ ਇਹਨਾਂ ਬੱਚਿਆਂ ਵਾਸਤੇ ਕੋਈ ਗਰਾਊਂਡ ਦਾ ਬੰਦੋਬਸਤ ਕਰਵਾੜੇ ਜਾਂ ਸਾਡੇ ਪਿੰਡ ਦੇ ਲੋਕਾਂ ਨੂੰ ਕਿ ਆਪਣੇ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਬੇਟਾ ਇਹਨਾਂ ਕਬਰਾਂ 'ਚ ਸਾਡੇ ਵੱਡੇ ਦਫਨਾਏ ਦੇ ਨੇ ਅਤੇ ਅਸੀਂ ਇਹਨਾਂ ਕਬਰਾਂ 'ਚ ਨਾ ਖੇਡੀਏ ਇਹ ਮੇਰੇ ਦੋਸਤ ਨੇ ਦੇ ਵਾਲਦੀਨ ਦੀਆਂ ਅਤੇ ਅੱਗੇ ਨਾਲ ਮੇਰੇ ਦਾਦਾ ਜੀ ਔਰ ਚਾਚਾ ਜੀ ਤਾਈ ਅੰਮੀ ਸਭ ਉਹਨਾਂ ਦੀਆਂ ਕਬਰਾਂ ਨੇ ਔਰ ਇਸ ਸਾਈਡ 'ਤੇ ਸਾਹਮਣੇ ਇਸ ਪੇਜ 'ਚ ਵੀ ਗਰਾਊਂਡ ਬਣਾਈ ਦੀ ਆ ਖੇਡਦੇ ਨੇ ਔਰ ਇਹ ਬੱਚੇ ਆਪਣੇ ਸਾਰੇ ਖੇਡਦੇ ਪਏ ਨੇ ਜੀ ਬੱਲੇ ਜੀ ਬੱਲੇ ਅੱਗੇ ਤੁਹਾਨੂੰ ਲੈ ਕੇ ਚੱਲਣਾ ਇੱਧਰ ਬੱਚੇ ਖੇਡਦੇ ਪਏ ਨੇ ਅੱਗੇ ਲੈ ਕੇ ਜਾਂਦਾ ਅੱਗੇ ਜਿਹੜੇ ਵੱਡੇ ਬੱਚੇ ਨੇ ਉਹ ਵੀ ਕ੍ਰਿਕਟ ਖੇਡਦੇ ਪਏ ਨੇ ਇੱਥੇ ਆਪਣੇ ਨਾਜ਼ਰੀ ਨੂੰ ਦੱਸਦਾ ਜਾਵਾਂ ਮੇਰੇ ਦੱਸਣ ਦਾ ਮਕਸਦ ਸਿਰਫ ਹੈ ਕਿ ਇਸ ਕਬਰਸਤਾਨ 'ਚ ਮੈਂ ਆਪਣੇ 160 ਪੌਦੇ ਬਕੈਨ ਦੇ ਦਰਿੰਕਾਂ ਦੇ ਲਗਾਏ ਸੀ ਇਹ ਜਿਹੜੇ ਬੂਟੇ ਨੇ ਇਹ ਮਾਸ਼ਾਅੱਲਾ ਸਾਡੇ ਹੱਥਾਂ ਦੇ ਲੱਗੇ ਦੇ ਨੇ ਜਿਨ੍ਹਾਂ 'ਚੋਂ ਮੇਰਾ ਖਿਆਲ ਆ ਕੋਈ 50-60 ਬੱਚੇ ਹੋਣੇ ਨੇ ਬਾਕੀ ਕੁਛ ਬੱਕਰੀਆਂ ਖਾ ਖੂ ਗਈਆਂ ਕੁਛ ਬੱਚਿਆਂ ਨੇ ਤੋੜ ਤੂੜ ਦਿੱਤੇ ਔਰ ਇਹ ਆਪਣੇ ਕ੍ਰਿਕਟ ਖੇਡਦੇ ਪਏ ਨੇ ਬੱਚੇ ਸਾਰੇ ਜਿਹੜੇ ਵੱਡੇ ਬੱਚੇ ਨੇ ਇਹ ਦੇਖੋ ਮੋਟਰਸਾਈਕਲਾਂ ਲੱਗਦਾ ਬਾਹਰੋਂ ਵੀ ਆਏ ਦੇ ਨੇ ਲੜਕੇ ਕ੍ਰਿਕਟ ਖੇਡਣ ਵਾਸਤੇ ਇਹਨਾਂ 'ਚ ਇੱਕ ਦੋ ਦਰਿੰਕ ਆਇਆ ਨੇ ਔਰ ਇੱਕ ਲੈਣ ਆਇਆ ਜਿਹੜੀ ਹੈ ਨਾ ਸਾਹਮਣੇ ਲਗਾਈ ਦੀ ਸੀ ਕਲੋਜ਼ ਕਰਕੇ ਤੁਹਾਨੂੰ ਦਿਖਾਉਣਾ ਇੱਕ ਇਹ ਵਾਲੀ ਇੱਕ ਇਹ ਜਿਹੜੇ 3-4 ਬੂਟੇ ਲੈਣ ਸਿਰ ਲੱਗੇ ਦੇ ਨੇ ਇਹ ਵੀ ਆਪਣੇ ਮੈਂ ਹੀ ਲਗਾਏ ਸੀ ਬਸ ਕੁਛ ਬਚ ਗਏ ਦੇ ਨੇ ਕੁਛ ਨਹੀਂ
अपने अल्लाह ताला जिस तरह के पहले कह रहे ना कि अल्लाह ताला साढ़े हाँ ऐ साढ़े पिंड दा हमजा हमजा शरीफ है। इधर अपने लड़के क्रिकेट खेल रहे, मैनू कह रहे हैं कि वीर जी तुम जाओ, ताड़ी मेहरबानी है, सानू डिस्टर्ब ना करो। मैं चलो अपने दोस्तों इधर ना ट्यूबवैल है बाग, एक तुम छोटा जहा ना दिखाना अपने साढ़े भाई भाई होनी ने, मैं दिखाइए। मैं भाई जी तुम क्रिकेट खेडो, तुम क्यों नाराज़ होना, बाकी है कि इन्हों कि ग्राउंड मिल जाए कि अपना बहर कि खेडन कब्रस्तान चो जा के। अल्लाह करे कणक बिल्कुल तैयार ने, बस रह गई एक दो माह की गेम है मेरा ख्याल। इस साइड तो पता नहीं भाई उन्होंने की लगाया था, अब जिस तरह तुम पता बदल च ही सूरज है, सुबह बारिश हुई ही जिस तरह तुम दसिया। तो यह अपने भाई भाई होना ट्यूबवैल है इतने आना, माशाल्लाह बड़िया जबरदस्त किस्म सब्जियां लगाई दी ने। अज के महंगाई के दौर च वाह दे अपनी जमीन को फायदा लेंदे ने कि हर किस्म की सब्जी लाई दी है। ऐ शतूत है लेकिन छोटी गोल वाला है, इतने ऐ छोटे छोटे अपने अंबा के बूटे ने, इन्हों बूर पिया था, बड़े मिठे अंब होंगे ने जड़े ने, इन्होंने कच्चे अंब भी जोड़े होंगे ना मिठे ही होंगे। ऐ देखा ऐ मूंगरे मेथी गोंगलू मूलियाँ लसन पालक हर चीज़ जड़ी है ना, ऐ देखो धनिया इधर प्याज कमाद, ए कमाद है ऐ सामने कमाद है, इस साइड ते ऐ प्याज है, ऐ वाला प्याज है, अगे मिर्चा भी लाई दी ने। अपनी सब्जी खाने ने जी, ताज़ी सब्जी घर की सब्जी का अपना ही मज़ा होंगे। ऐ मिर्चा ऐ पालक देखो ना पक गई दी है ना, इत्थे लगे दे ही मूंगरे मूलियाँ फिर गोंगलू हर चीज़ जड़ी है ना, इत्थे इस जगह पे सब्जी लाई दी। इत्थे एक बेरी का बूटा सामने है, बड़ा ही बेर मिठा बेर ते गोल बेर पैंदा, इनू मिठा बेर होंदा। सामना अपना मुंडी खेल अमरूद दे बूटे ने, मंजा भी भाई भाई होना ने चंगा सोहना बना के डा। केले दे बूटे भी है जा देखो, केला अमरूद है अजे लेकिन कच्चे ही ने, केले पे जो तुम दिखाना जरा मैं, आ देखो जी आ केले, आ केले दे बूटे ने, ये केले पका के ते फिर खाणगे भाई भाई होनी। भाई भाई मैं कहा सी आ यार चल लिया जरा ताड़िया पैलियां वालों, तो कहता भाई मैं क्रिकेट खेल रहा तो तुम जाओ, इस साइड पर भी आ देखो ए भी लुंगर दो केले आते इधर एक दो, एक उस बूटे होर भी पे होंगे कई नज़र भी नहीं आते, एक है उपर है इस साइड पर। वीडियो अच्छी लगती होंगी है वीडियो में लाइक शेयर लाजमी कराया करो, नए दोस्त चैनल तो आने वाले चैनल में सबसक्राइब कराया करो ताकि साढ़े व्लॉग देखने तुहानू टाइम ना मिलन नोटिफिकेशन तुहाडे कोल सब तो पहले पहुँचे। ऐ बूटे ने दो केले दे, इन्हां नूं नहीं केला पिया दा मेरा ख्याल, नहीं ऐ निंबुआं का बूटा जी, निंबू भी कोई नहीं इनू। और कहंदे ने कि सुनिया बजुर्गों को कि जे इस कबर दे बेरी होए तो फली दी होए ना, तो कहंदे ने कि निशानी है कि बंदा जन्नती है कि इन्ना फल पैदा, तो इस बेरी नू बहुत सारा फल पैंदा बहुत ज़्यादा, और बड़े गोल गोल बेर ने, तो बेर जिहड़े मिठे बेर होंदे ने
ਇਹ ਦੇਖੋ ਇਹ ਬਿਲਕੁਲ ਜਿਹੜਾ ਨਾ ਆਪਣੇ ਕਬਰ ਦੇ ਸਿਰਾਣੇ ਆ ਬੇਰੀ, ਇੱਕ ਛੋਟੀ ਬੇਰੀ ਆ ਉਸ ਸਾਈਡ 'ਤੇ, ਸਾਰਾ ਇਹਨੂੰ ਬੇਰ ਪੈਂਦਾ, ਇੰਨੀ ਕਿ ਝੁੱਕ ਜਾਂਦੀ ਆ ਬੇਰਾਂ ਨਾਲ, ਬਹੁਤ ਜ਼ਬਰਦਸਤ ਬੇਰ ਆ, ਮਿੱਠੇ ਬੇਰ ਹੁੰਦੇ ਨੇ। ਆ ਗਿਆ ਉਹ ਕਬਰਿਸਤਾਨ 'ਚ ਜਿਹੜੇ ਆਪਣੇ ਲੜਕੇ ਕ੍ਰਿਕਟ ਖੇਡਦੇ ਪਏ ਨੇ, ਮਗਰਬ ਦਾ ਟਾਈਮ ਹੋ ਰਿਹਾ ਜੀ, ਸੂਰਜ ਸਾਹਮਣੇ ਤੁਸੀਂ ਦੇਖ ਰਹੇ ਹੋ, ਗਰੂਬੇ ਆਫਤਾਬ ਦਾ ਵਕਤ ਹੈ। ਸਾਹਮਣੇ ਰੋਡ 'ਤੇ ਗਾੜੀਆਂ ਵਗੈਰਾ ਗੁਜ਼ਰਦੀਆਂ ਪਈਆਂ ਨੇ, ਔਰ ਇਹ ਦੇਖੋ ਇਹ ਇੱਕ ਜੜੀ ਬੂਟੀ ਹੈ, ਉਹਨੂੰ ਫੁੱਲ ਦੇਖੋ ਕਿੰਨੇ ਪਿਆਰੇ ਪਿਆਰੇ ਪਏ ਨੇ। ਕਦੇ ਬਚਪਨ 'ਚ ਇਹਨਾਂ ਫੁੱਲਾਂ ਨੂੰ ਤੁਸੀਂ ਤੋੜ ਕੇ ਹਵਾ 'ਚ ਕਦੇ ਡਾਇਆ ਇੰਜ ਕਰਕੇ? ਉਮੀਦ ਕਰਨੇ ਅੱਜ ਦਾ ਵਲੋਗ ਤੁਹਾਨੂੰ ਅੱਛਾ ਲੱਗਾ ਹੋਏਗਾ, ਵਲੋਗ ਅੱਛਾ ਲੱਗਾ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ, ਆਪਣੀਆਂ ਦੁਆਵਾਂ ਜੀ ਯਾਦ ਰੱਖਿਓ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਅੱਲਾਹ ਤਾਲਾ ਜਿੰਨੇ ਵੀ ਸਾਡੇ ਪ੍ਰਦੇਸੀ ਵੀਰ ਨੇ ਅੱਲਾਹ ਤਾਲਾ ਉਹਨਾਂ ਦੀ ਹਰ ਟੈਨਸ਼ਨ ਨੂੰ ਦੂਰ ਫਰਮਾਏ, ਅੱਲਾਹ ਤਾਲਾ ਤੁਹਾਨੂੰ ਆਪਣੀ ਜ਼ੁਬਾਨ 'ਚ ਰੱਖੇ, ਜਿੰਨੇ ਵੀ ਪਾਕਿਸਤਾਨੀ ਬਾਹਰ ਜਿੱਥੇ ਜਿੱਥੇ ਵੀ ਸਾਨੂੰ ਵੇਖਦੇ ਨੇ, ਅੱਲਾਹ ਤਾਲਾ ਸਭ ਨੂੰ ਆਪਣੇ ਜ਼ੁਬਾਨ 'ਚ ਰੱਖੇ, ਖੁਸ਼ ਰੱਖੇ, ਆਬਾਦ ਰੱਖੇ, ਔਰ ਤੁਸੀਂ ਭਾਅ ਜੀ ਕਾਮਯਾਬ ਹੋਵੋ ਜ਼ਿੰਦਗੀ ਦੇ ਹਰ ਨੇਕ ਮਕਸਦ 'ਚ, ਤਾਂ ਆਪਣੀਆਂ ਦੁਆਵਾਂ 'ਚ ਯਾਦ ਰੱਖਿਆ ਕਰੋ। ਤਨਵੀਰ ਖਾਨ ਕਾਵਸ਼ ਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।